सचखंड श्री दरबार साहब विच खुदाई दौरान मिली पुरातन इमारत ते श्री गुरु रामदास सरां नूं ढाहे जाण नूं लै के पंथ कोका तहत बीते दिनी भाई बलदेव सिंह बडाला दे वल्लों श्रोमणी गुरद्वारा प्रबंधक कमेटी के खिलाफ मोर्चा खोलिया गया सी। उत्थे उन्हां वल्लों साफ कीता गया सी कि जदकि उह खुदाई इस मोर्चे की अगवाई करनगे चाहे उन्हां नूं इस विच अपनी जान क्यों ना देनी पवे। उत्थे इसे लड़ी के तहत बीते दिनी 11 सिंघां दे वल्लों सचखंड श्री दरबार साहब जाण वाली हैरीटेज स्ट्रीट उत्ते पहला अरदास की गई और 11 सिंघां दे वल्लों अपने मोर्चा खोलिया गया। उत्थे इस मौके दे भारी पुलिस फोर्स भी तैनात नजर आई। गल की जाए भाई बलदेव सिंह बडाला दी तां भाई बलदेव सिंह बडाला दे वल्लों बीते समय खुदाई दौरान मिली पुरानियां इमारतां नूं बचाउण लई आवाज़ चुकी जा रही सी अते हुण भी उन्हां वल्लों कहा जा रहा कि श्री गुरु रामदास सरां नूं बचाउण लई अगर उन्हां नूं अपनी जान देण दी जरूरत पई तां उह संकेत नहीं करनगे। उत्थे इस तहत भारी पुलिस फोर्स अते भाई बलदेव सिंह बडाला विच तिखी नोकझोंक भी देखण नूं मिली। उत्थे पुलिस वल्लों लगातार ही भाई बलदेव सिंह बडाला नूं रोकण दी कोशिश की जा रही सी। पत्रकारां नाल गल्लबात करदे होए भाई बलदेव सिंह बडाला ने की कहा आओ देखदे हां। ਨਾਲ ਪੁਰਾਣੀਆਂ ਵਿਰਾਸਤਾਂ ਤੋੜੀਆਂ ਗਈਆਂ ਗੈਰ ਕਾਨੂੰਨੀ ਜਗ੍ਹਾ ਤੇ ਸਿੱਖਾਂ ਦਾ ਪੈਸਾ ਲਾ ਕੇ ਤੇ ਗੈਰ ਕਾਨੂੰਨੀ ਉਸਾਰੀ ਕੀਤੀ ਜਾ ਰਹੀ ਹੈ ਜਿਹਨੂੰ ਕੱਲ ਨੂੰ ਉੱਡਾ ਵਾਲੇ ਢਾਉਣਗੇ ਜਾਂ ਕੋਈ ਹੋਰ ਢਾਊ। ਇਸ ਲਈ ਅਗਾਊ ਸੁਚੇਤ ਕਰਦੇ ਹਾਂ ਗੈਰ ਕਾਨੂੰਨੀ ਜਗ੍ਹਾ ਤੇ ਪੈਸਾ ਲਾਉਣਾ ਆਪਣੀਆਂ ਪੁਰਾਤਨ ਵਿਰਾਸਤਾਂ ਦਾ ਬੇੜਾ ਗਰਕ ਕਰਨਾ ਜਿਹੜਾ ਕੰਮ ਇੰਦਰਾ ਗਾਂਧੀ ਨਹੀਂ ਕਰ ਸਕੀ ਉਹ ਅੱਜ ਦੀ ਇਹ ਕੁੜੀ ਮਾਰ ਪ੍ਰਧਾਨ ਬੀਬੀ ਕਰ ਰਹੀ ਹੈ ਤੇ ਬੇਨਤੀ ਕਰਦਾ ਹੈ ਮੌਕਾ ਦਿੰਦਾ ਹੈ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਕਿ ਪ੍ਰਸ਼ਾਸਨ ਆਪਣੀ ਨੀਂਦ 'ਚ 15 ਦਿਨ ਸੁੱਤਾ ਰਿਹਾ ਉਹਨਾਂ ਮਨ ਮਰਜ਼ੀਆਂ ਕੀਤੀਆਂ ਪੰਜਾਬ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਕਿਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਅੱਜ ਅਸੀਂ 11 ਸਿੰਘ ਅਰਦਾਸ ਕਰਕੇ ਖੁਦ ਰੋਕਣ ਚੱਲੇ ਸਾਨੂੰ ਤਾਂ ਇੱਥੇ ਰੋਕ ਲਿਆ ਪਰ ਜਿਹੜੀ ਸੰਗਤ ਮੀਡੀਆ ਰਾਹੀਂ ਸੁਨੇਹਾ ਨੂੰ ਸੁਣ ਕੇ ਉੱਥੇ ਪਹੁੰਚੇਗੀ ਉੱਥੇ ਕੋਈ ਘਟਨਾ ਵਾਪਰੀ ਤੇ ਮੈਂ ਵਾਰ ਵਾਰ ਕਹਿ ਰਿਹਾ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ ਪੁਲਿਸ ਹੋਊਗੀ ਜਾਂ ਪੰਜਾਬ ਸਰਕਾਰ ਹੋਊ ਜਾਂ ਫਿਰ ਬੜਕਾ ਮਾਰਨ ਵਾਲਾ ਸਿੱਧੂ ਹੋਊ ਤੇ ਜਾਂ ਇਹਨਾਂ ਸਾਰਿਆਂ ਤੇ ਰਾਜ ਕਰਨ ਵਾਲੇ ਬਾਦਲ ਕੇ ਹੋਣਗੇ ਕਿਉਂਕਿ ਆ ਬਾਦਲ ਕਿਹਨਾਂ ਸਾਰਿਆਂ ਨੂੰ ਆਪਣੇ ਵਿੱਚ ਪਈ ਕਰਦੇ ਇਸ ਲਈ ਇਹ ਹੋਕਾ ਦੇ ਰਹੇ ਹਾਂ ਅਜੇ ਵੀ ਸਮਾਂ ਹੈ ਕਿ ਉਹ ਉਹਨਾਂ ਦੇ ਗੈਰ ਕਾਨੂੰਨੀ ਕੀਤੇ ਜਾ ਰਹੇ ਕੰਮ ਨੂੰ ਰੋਕ ਕੇ ਸਾਨੂੰ ਇਨਸਾਫ ਦਿੱਤਾ ਜਾਵੇ। ਪ੍ਰਸ਼ਾਸਨ ਉਹ ਜਿਹੜਾ ਕੰਮ ਰੁਕਾਇਆ ਗਿਆ ਹੈ ਡੀਸੀ ਵੱਲੋਂ ਕੀ ਕਹਿਣਾ ਚਾਹੁੰਦੇ? ਨਹੀਂ ਰੁਕਾਇਆ ਗਿਆ ਜੀ ਉਹ ਧੜਾ ਧੜ ਚੱਲ ਰਿਹਾ ਹੈ ਉਹ ਅੱਗੇ ਨੋ ਵੀ 100 ਗੁਣਾ ਵੱਧ ਚੱਲ ਰਿਹਾ ਉਹਨਾਂ ਰਾਤੋਂ ਉਤਰਾ ਤੇ ਦਰਸ਼ਨੀ ਡੋਰੀ ਦੇ ਦਰਵਾਜ਼ੇ ਬਣਾਉਣੇ ਹੋਣ 9 ਸਾਲ ਇਹ ਮਸੰਦ ਗਰਾਈ ਖਾਂਦੇ ਨੇ ਤੇ 3 ਮਹੀਨਿਆਂ 'ਚ ਨਵੀਂ ਬਣਾ ਕੇ ਲਾ ਦਿੰਦੇ ਗੁਰਦੁਆਰੇ ਦੀ ਨੀਂਹ ਰੱਖ ਕੇ ਭੁੱਲ ਜਾਂਦੇ ਨੇ ਕਈ ਸਾਲ ਬੀਤ ਜਾਂਦੇ ਨੇ ਇਮਾਰਤਾਂ ਨਹੀਂ ਬਣਦੀਆਂ ਇਹ ਇਮਾਰਤ ਗਿੱਲੀ ਚੁੱਕੀ ਆਉਂਦੇ ਨੇ ਜੀ 10 ਦਿਨਾਂ 'ਚ ਖੜੀ ਕਰਕੇ ਰੱਖ ਦਿੱਤੀ ਇਹਦੇ ਪਿੱਛੇ ਕੀ ਪਲੈਂਡ ਹੈ ਇਹ ਭੂਰੀ ਵਾਲੇ ਨੂੰ ਪੁੱਛਿਓ ਕਸ਼ਮੀਰ ਸਿੰਘ ਬਾਬੇ ਨੂੰ ਤੇ ਜਾਂ ਸ਼੍ਰੋਮਣੀ ਕਮੇਟੀ ਤੇ ਕਾਬਜ ਨਰੈਣੂ ਮਹੰਤਾਂ ਨੂੰ ਕਿ ਤੁਹਾਡੀ ਮਨਸਾ ਕੀ ਹੈ ਭਰਾ ਮਾਰੂ ਜੰਗ ਕਰਾਉਣੀ ਪੁਰਾਤਨਤਾ ਖਤਮ ਕਰਨੀ ਸਿੱਖਾਂ ਦਾ ਸਰਮਾਇਆ ਖਤਮ ਕਰ ਦੇਣਾ ਕਿ ਸਾਡੇ ਸਿੱਖ ਭਰਾ ਜਾਂ ਜਿਹੜੇ ਗੈਰ ਸਿੱਖ ਹਰਿਮੰਦਰ ਸਾਹਿਬ ਨੂੰ ਪਿਆਰ ਕਰਦੇ ਨੇ ਅੰਮ੍ਰਿਤਸਰ ਸਾਹਿਬ ਨੂੰ ਵੇਖਣ ਆਉਣਗੇ ਜਾਂ ਅੰਮ੍ਰਿਤਸਰ ਦੇ ਕੁਲਚੇ ਛੋਲੇ ਖਾਣ ਆਉਣਗੇ ਜਿਵੇਂ ਉੱਥੋਂ ਆਹ ਖਾ ਕੇ ਆਏ ਹਨ ਉੱਥੇ ਨਚਾਰਾਂ ਦੇ ਬੁੱਤ ਵੇਖ ਕੇ ਆਏ ਹਨ ਇਹ ਕੌਣ ਕਹੂਗਾ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ ਅੰਮ੍ਰਿਤਸਰ ਸਿਫਤੀ ਦਾ ਘਰ ਇਸ ਚੀਜ਼ ਨੂੰ ਜਿਉਂਦਾ ਰੱਖਣ ਲਈ ਅੱਜ ਵੀ ਸਮਾਂ ਹੈ ਵੀ ਉਹ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਜਲਿਆ ਚੁਣ ਕੇ ਦੁਬਾਰਾ ਟੋਕਰੀ 'ਚ ਪਾਏ ਜਾ ਸਕੇ। ਜਥੇਬੰਦੀ ਦਾ ਹੁਣ ਕੀ ਸਟੈਪ ਹੋਏਗਾ ਜੀ? ਜਥੇਬੰਦੀ ਦਾ ਸਟੈਪ ਜਿਉਂ ਦਾ ਤਿਉਂ ਹੈ ਜੀ ਅਸੀਂ 11 ਸਿੰਘ ਰੋਜ਼ ਆਵਾਂਗੇ ਪਰ ਜਿਹੜੀ ਸਿੱਖ ਸੰਗਤ ਆਪ ਮੁਹਾਰੇ ਉੱਥੇ ਜਥੇ ਲੈ ਕੇ ਪਹੁੰਚਣੀ ਸ਼ੁਰੂ ਹੋ ਗਈ ਉਹ ਮੇਰੇ ਵੱਸ ਦੀ ਗੱਲ ਨਹੀਂ ਉਹ ਪ੍ਰਸ਼ਾਸਨ ਹੀ ਫਿਰ ਜਾਣੇ ਤੇ ਪੰਜਾਬ ਜੀ ਹਾਂ ਸਰ ਅੱਜ ਜਥਾ ਜਾ ਰਿਹਾ ਸੀਗਾ ਜੀ ਜਿਹੜਾ ਪ੍ਰਾਂਤਤਵ ਵਿਭਾਗ ਦਾ ਜਿਹੜਾ ਕੰਮ ਚੱਲ ਰਿਹਾ ਸੀਗਾ ਉਹਨੂੰ ਰੋਕਣਾ ਤੇ ਕੀ ਕਹਿਣਾ ਚਾਹੁੰਦੇ? ਰੋਕਿਆ ਚੰਨ ਗੱਲ ਕਰਦਾ ਕੀ ਕਾਰਨ ਕੀ ਕਾਰਨ ਕੀ ਕਾਰਨ ਡੀਸੀ ਨੂੰ ਕੰਮ ਰੁਕਾਇਆ ਗਿਆ ਕਹਿੰਦੇ ਡੀਸੀ ਨੂੰ ਕੰਮ ਕਰ ਦਿੱਤਾ ਜੀ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਪਰ ਇਹਨਾਂ ਨਾਲ ਗੱਲ ਕਰਦੇ ਹਾਂ ਡਿਊਟੀ ਲਾਉਣ ਆਰਡਰ ਦੀ ਕੋਈ ਝਗੜਾ ਨਾ ਹੋਵੇ। ਆਵਾਜ਼ੀ ਕੰਮ ਟੀਵੀ ਲਈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ।